ਵਾਇਗਰ ਦੀ ਘਾਸ ਦਾ ਵਾਇਗਰ ਦੀ ਕਿਫਾਤ ਹੈ ਸਪੋਜ਼ ਆਜ ਤੁਹਾਨੂੰ 5000 ਡਾਲਰ ਦੀ ਜ਼ਰੂਰਤ ਪਵੇ ਤੇ ਮੈਂ ਤੁਹਾਨੂੰ ਪੈਸੇ ਦੇ ਦਵਾਂ ਤੁਸੀਂ ਹੋ ਸਕਦਾ ਮੈਨੂੰ ਜ਼ਿੰਦਗੀ ਭਰਨਾ ਭੁੱਲੋ ਪਰ ਜਿਹੜਾ ਪਰਮਾਤਮਾ ਜਿਹੜਾ ਸਾਨੂੰ ਸਭ ਕੁਝ ਦਿੰਦਾ ਹੈ ਕਿ ਇੱਕ ਸਾਹ ਦਿੰਦਾ ਹੈ ਤੇ ਇੱਕ ਇੱਕ ਪਲ ਸਾਨੂੰ ਦਿੰਦਾ ਹੈ ਜ਼ਿੰਦਗੀ ਦਾ ਤੇ ਅਸੀਂ ਉਹਨੂੰ ਕਿਵੇਂ ਭੁੱਲੀ ਬੈਠੇ ਹਾਂ ਸਾਨੂੰ ਉਹਦਾ ਸ਼ੁਕਰਾਨਾ ਮਰਦੇ ਦਮ ਤੱਕ ਕਰਨਾ ਚਾਹੀਦਾ ਹੈ ਜਦੋਂ ਅਸੀਂ ਇੱਕ ਇਨਸਾਨ ਨੂੰ ਨਹੀਂ ਭੁੱਲ ਸਕਦੇ ਜਿਨੇ ਸਾਡੀ ਮਦਦ ਕੀਤੀ ਹੁੰਦੀ ਹੈ ਤੇ ਅਸੀਂ ਉਸ ਪਰਮਾਤਮਾ ਨੂੰ ਕਿਵੇਂ ਭੁੱਲੀ ਬੈਠੇ ਹਾਂ ਹਰ ਰੋਜ਼ ਜਦੋਂ ਅਸੀਂ ਸ਼ੁਕਰਾਨਾ ਕਰਾਂਗੇ ਉਹ ਪਰਮਾਤਮਾ ਸਾਨੂੰ ਕਹਿੰਦਾ ਜਿਵੇਂ ਅਸੀਂ ਮੈਲੇ ਆ ਹਨਾ ਤੇ ਅਸੀਂ ਇੱਕ स्विਮਿੰਗ ਪੂਲ 'ਚ ਇਸ਼ਨਾਨ ਕਰਨ ਜਾਈਏ ਤੇ ਉਹਦੇ ਨਾਲ ਕੀ ਹੋਏਗਾ स्विਮਿੰਗ ਪੂਲ ਨੂੰ ਕੋਈ ਫਰਕ ਨਹੀਂ ਪਊਗਾ ਪਰ ਅਸੀਂ ਸਾਫ਼ ਹੋ ਜਾਾਂਗੇ ਸਿਮਿਲਰਲੀ ਜਦੋਂ ਅਸੀਂ ਪਾਠ ਕਰਦੇ ਹਾਂ ਇਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਉਹਦੇ ਨਾਲ ਵੀ ਸਾਨੂੰ ਹੀ ਫਾਇਦਾ ਹੁੰਦਾ ਹੈ ਉਹਦੇ ਨਾਲ ਵੀ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡੇ ਅੰਦਰ ਹੌਮੇ ਈਗੋ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਕੱਟ ਹੁੰਦਾ ਹੈ ਸੋ ਤੁਸੀਂ ਇਹ ਸੋਚਦੇ ਹੋ ਕਿੰਨੀ ਪਿਆਰੀ ਚੀਜ਼ ਹੈ ਕਿ ਪ੍ਰਮਾਤਮਾ ਨੇ ਕਿਹਾ ਕਿ ਤੂੰ ਮੇਰੇ ਮੈਂ ਤੇਨੇ ਇੰਨਾ ਕੁਝ ਦਿੱਤਾ ਆ ਉਹਦੇ ਲਈ ਤੁਸੀਂ ਮੇਰਾ ਸ਼ੁਕਰਾਨਾ ਕਰੋਗੇ ਤੇ ਉਹਦੇ ਲਈ ਵੀ ਤੁਹਾਨੂੰ ਹੀ ਫਾਇਦਾ ਹੋਵੇਗਾ ਸੋ ਕਿੰਨੀ ਪਿਆਰੀ ਚੀਜ਼ ਹੈ